वरहमतुल्लाहि व बरकातहू गैस इको बाकेड़ा दिन ए ट्रैक्टर 375 दो ते लगी हुई है। पहला दौर हुंदा जो मजदूर सारा भी कम करने हैं और वो कम ही ना पूरा थी सकता। ए मशीनरी दौर है ए 375 रेंदे अगे बाकेट लगी हुई है। ए एक घंटे दे अंदर इतना काम कर सकते जेड़ा मजदूर महीने दे विच काम करने हैं। ਤਾਂ ਇਹ ਸਾਡੇ ਕੋਲ 375 ਹੈ ਜਿਹੜਾ ਜਿਹਦੇ ਅੱਗੇ ਬਾਕਟ ਲੱਗੀ ਹੋਈ ਹੈ। ਇਹ ਪ੍ਰੈਸਿੰਗ ਕਰਦਾ ਪਏ, ਪਹਿਲੇ ਜਿਹੜਾ ਮਲਬਾ ਆਇਆ ਪਿਆ ਰੋਡ ਦੇ ਉੱਤੇ ਉਹ ਮਲਬੇ ਨੂੰ ਹਟਾਇਆ। ਹੁਣ ਇਹ ਜਿਹੜੀ ਮਿੱਟੀ ਔਰ ਖੁਰਬਲਾ ਬਣਿਆ ਹੋਇਆ ਉਹਨੂੰ ਪ੍ਰੈਸਿੰਗ ਕਰਦੇ, ਪ੍ਰੈਸ ਕਰ ਦਿੰਦੇ। ਤਾਂ ਗੈਸ ਮਸ਼ੀਨਰੀ ਦੌਰ ਬੜਾ ਜਦੀਦ ਟੈਕਨੋਲੋਜੀ ਦੌਰ ਹੈ। ਇਸ ਦੌਰ ਦੇ ਵਿੱਚ ਜਿਹੜਾ ਕੰਮ ਸਾਲਾਂ ਦਾ ਹਾ ਉਹ ਮਹੀਨੇ ਥੀਂਦੇ, ਜਿਹੜਾ ਮਹੀਨੇ ਦਾ ਹਾ ਉਹ ਹਫ਼ਤੇ ਥੀਂਦੇ, ਜਿਹੜਾ ਹਫ਼ਤੇ ਦਾ ਹਾ ਉਹ ਘੰਟੇ ਥੀਂਦੇ, ਜਿਹੜਾ ਘੰਟੇ ਦਾ ਕੰਮ ਹਾ ਉਹ ਮਿੰਟੇ ਥੀਂਦੇ, ਸਕਿੰਟੇ ਥੀਂਦੇ। ਤਾਂ ਗਾਇ ਦੇ ਤੁਹਾਡੇ ਸਾਹਮਣੇ 70 ਡਰਾਈਵਰ ਇਹ ਪਾਕਟ ਚਲਾ ਤੇ ਪਹਿਲੇ ਮਿੱਟੀ ਨੂੰ ਹਟਾਇਆ, ਹੁਣ ਕੂੜੇ ਨੂੰ ਪ੍ਰੈਸ ਕਰਨਾ ਪਏ ਔਰ ਮਲਬੇ ਕੋ। ਤਾਂ ਜਦੀਦ ਦੌਰ ਦੀ ਜਦੀਦ ਮਸ਼ੀਨਰੀ ਆਉਣ ਵਾਲੇ ਵਕਤ ਇਹ ਤੋਂ ਵੀ ਐਡਵਾਂਸ ਮਾਡਲ ਆਉਂਦੇ ਪਏ ਜਿਹਨਾਂ ਦੇ ਥੱਲੇ ਸ਼ਾਫਟ ਲੱਗੀ ਹੋਈ ਹੈ। ਇਹ 4x4 ਕਹਿਣੀ ਅਤੇ ਹੁਣ ਜਿਹੜੇ ਆਉਂਦੇ ਪਏ ਉਹ 4x4 ਹਨ। ਦੇਖੋ ਇਹ ਸਟਾਈਲ ਔਰ ਗੱਡੀ ਆਪਣੀ ਮਹਾਰਤ ਨਾਲ ਔਰ ਆਪਣੇ ਤਾਕਤ ਦੇ ਬਲਬੂਤੇ ਦੇ ਉੱਤੇ ਪ੍ਰੈਸਿੰਗ ਕਰਦੀ ਪਈ ਹੈ। ਤਾਂ ਗਾਇਸ ਮੇਰੇ ਚੈਨਲ ਨੂੰ ਲਾਈਕ ਕਰੇ ਸੋ, ਸਬਸਕ੍ਰਾਈਬ ਕਰੇ ਸੋ ਔਰ ਆਉਣ ਵਾਲੀ ਵੀਡੀਓ ਦਾ ਇੰਤਜ਼ਾਰ ਕਰੇ ਸੋ। ਰਿਆਜ਼ ਹੁਸੈਨ ਦੇਸੀ ਵਲੌਗ PK ਦੀ ਤਰਫੋਂ।